ਅੱਜ ਮੈਂ ਗੱਲ ਕਰੂੰ ਸਾਡੀ ਪੰਜਾਬੀ ਇੰਡਸਟਰੀ ਦੇ ਉਸ ਕਲਾਕਾਰ ਦੇ ਬਾਰੇ ਜਿਨ੍ਹਾਂ ਨੂੰ ਸਾਡੀ ਪੰਜਾਬੀ ਇੰਡਸਟਰੀ ਦੀ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਸੋ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਗੱਲ ਕਰਨ ਜਾ ਰਿਹਾ ਸਾਡੀ ਪੰਜਾਬੀ ਇੰਡਸਟਰੀ ਦੇ ਵੈਰੀ ਟੈਲੈਂਟਿਡ ਕਰਨ ਔਜਲਾ ਦੀ। ਜੇ ਗੱਲ ਕਰੀਏ ਕਰਨ ਔਜਲਾ ਦੀ ਤਾਂ ਉਹਨਾਂ ਦੇ ਹੁਣ ਤੱਕ ਦੇ ਆਏ ਹੋਏ ਸਾਰੇ ਗਾਣੇ ਹੀ ਸੁਪਰ ਡੁਪਰ ਹਿੱਟ ਨੇ, ਪਰ ਮੈਂ ਅੱਜ ਉਹਨਾਂ ਦੇ ਇਹਨਾਂ ਸੁਪਰ ਡੁਪਰ ਹਿੱਟ ਸੌਂਗਸ ਦੇ ਵਿੱਚੋਂ ਗੱਲ ਕਰੂੰਗਾ ਉਹਨਾਂ ਦੇ ਟੋਪ 5 ਸੌਂਗਸ ਦੇ ਬਾਰੇ। ਸੋ ਸ਼ੁਰੂ ਕਰਦੇ ਹਾਂ ਉਹਨਾਂ ਦੇ ਟੋਪ 5th ਸੌਂਗ ਤੋਂ, ਜਿਸ ਦਾ ਨਾਮ ਹੈ ਹੇਅਰ। ਸੋ ਜੇ ਗੱਲ ਕਰੀਏ ਉਹਨਾਂ ਦੇ ਇਸ ਹੇਅਰ ਸੌਂਗ ਦੇ ਬਾਰੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਸੌਂਗ ਉਹਨਾਂ ਦਾ ਰਿਹਾਨ ਰੈਕਟ ਦੇ ਲੇਬਲ ਅੰਡਰ ਰਿਲੀਜ਼ ਹੋਇਆ ਸੀ 2019 ਜੂਨ ਦੇ ਵਿੱਚ। ਉਹਨਾਂ ਦਾ ਇਹ ਸੌਂਗ ਇੱਕ ਬੀਟ ਰੋਮੈਂਟਿਕ ਸੌਂਗ ਸੀ ਜਿਸ ਨੂੰ ਕਿ ਆਡੀਅੰਸ ਨੇ 26 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਦਿੱਤੇ। ਅਤੇ ਜੇ ਗੱਲ ਕਰੀਏ ਸੌਂਗ ਦੀਆਂ ਡਿਟੇਲਸ ਦੀ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੌਂਗ ਨੂੰ ਲਿਖਿਆ ਗਿਆ ਅਤੇ ਗਾਇਆ ਗਿਆ ਕਰਨ ਔਜਲਾ ਵੱਲੋਂ ਹੀ ਗਿਆ, ਅਤੇ ਇਸ ਗਾਣੇ ਦਾ ਮਿਊਜ਼ਿਕ ਕੀਤਾ ਸੀ ਦੀਪ ਜੰਡੂ ਨੇ ਅਤੇ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਸੀ ਸੁੱਖ ਸੰਘੇੜਾ ਨੇ। ਸੋ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਟੋਪ 4th ਸੌਂਗ ਦੇ ਬਾਰੇ, ਜਿਸ ਦਾ ਨਾਮ ਹੈ ਨੋ ਨੀਡ। ਮੇਰਾ ਤਾਂ ਇਹ ਗੀਤ ਸਭ ਤੋਂ ਜ਼ਿਆਦਾ ਫੇਵਰੇਟ ਹੈ ਉਹਨਾਂ ਦੇ ਸਾਰੇ ਗੀਤਾਂ ਦੇ ਵਿੱਚੋਂ। ਸੋ ਜੇ ਗੱਲ ਕਰੀਏ ਸੌਂਗ ਦੀਆਂ ਡਿਟੇਲਸ ਦੀ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਨਾਂ ਦੇ ਇਸ ਸੌਂਗ ਨੂੰ ਆਡੀਅੰਸ ਨੇ 46 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਦੇ ਕੇ ਮਕਬੂਲ ਕੀਤਾ ਸੀ, ਅਤੇ ਉਹਨਾਂ ਦਾ ਇਹ ਸੌਂਗ ਬੜਾ ਮੋਟੀਵੇਸ਼ਨਲ ਜਿਹਾ ਸੀ ਜੋ ਕਿ ਰਿਹਾਨ ਰੈਕਟ ਦੇ ਲੇਬਲ ਅੰਡਰ 2019 ਜਨਵਰੀ ਦੇ ਵਿੱਚ ਰਿਲੀਜ਼ ਹੋਇਆ ਸੀ। ਅਤੇ ਜੇ ਮੈਂ ਗੱਲ ਕਰਾਂ ਇਸ ਸੌਂਗ ਦੀਆਂ ਡਿਟੇਲਸ ਦੀ ਤਾਂ ਮੈਂ ਤੁਹਾਨੂੰ ਦੱਸਦਾ ਉਹਨਾਂ ਦੇ ਇਸ ਸੌਂਗ ਨੂੰ ਲਿਖਿਆ ਅਤੇ ਗਾਇਆ ਕਰਨ ਔਜਲਾ ਵੱਲੋਂ ਹੀ ਗਿਆ ਸੀ, ਅਤੇ ਇਸ ਸੌਂਗ ਨੂੰ ਮਿਊਜ਼ਿਕ ਦਿੱਤਾ ਸੀ ਦੀਪ ਜੰਡੂ ਨੇ, ਅਤੇ ਇਸ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਸੀ ਰੂਪਨ ਵੱਲ ਨੇ। ਸੋ ਹੁਣ ਗੱਲ ਕਰਦੇ ਹਾਂ ਕਰਨ ਔਜਲਾ ਦੇ ਟੋਪ 3rd ਸੌਂਗ ਦੇ ਬਾਰੇ, ਜਿਸ ਦੇ ਵਿੱਚ ਕਰਨ ਔਜਲਾ ਕਿਸੇ ਨੂੰ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਤੇਰੀ ਮੇਰੀ ਹੁਣ ਨਹੀਂ ਉਹ ਪੁੱਗਣੀ, ਅਤੇ ਉਹਨਾਂ ਦੇ ਸੌਂਗ ਦਾ ਨਾਮ ਸੀ ਨਾ ਨਾ ਨਾ। ਅਤੇ ਜੇ ਮੈਂ ਗੱਲ ਕਰਾਂ ਇਸ ਸੌਂਗ ਦੀਆਂ ਹੋਰ ਡਿਟੇਲਸ ਦੀ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਨਾਂ ਦਾ ਇਹ ਸੌਂਗ ਰਿਹਾਨ ਰੈਕਟ ਦੇ ਲੇਬਲ ਅੰਡਰ ਦਸੰਬਰ 2018 ਦੇ ਵਿੱਚ ਰਿਲੀਜ਼ ਹੋਇਆ ਸੀ, ਅਤੇ ਉਹਨਾਂ ਦੇ ਇਸ ਸੌਂਗ ਨੂੰ ਗਾਇਆ ਅਤੇ ਲਿਖਿਆ ਗਿਆ ਹਰ ਵਾਰ ਦੀ ਤਰ੍ਹਾਂ ਕਰਨ ਔਜਲਾ ਵੱਲੋਂ ਹੀ ਗਿਆ ਸੀ, ਅਤੇ ਹਰ ਵਾਰ ਦੀ ਤਰ੍ਹਾਂ ਇਸ ਸੌਂਗ ਨੂੰ ਮਿਊਜ਼ਿਕ ਦੀਪ ਜੰਡੂ ਵੱਲੋਂ ਹੀ ਦਿੱਤਾ ਗਿਆ ਸੀ, ਅਤੇ ਇਸ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਸੀ ਰੂਪਨ ਬੱਲ ਨੇ। ਅਤੇ ਜੇ ਹੁਣ ਮੈਂ ਗੱਲ ਕਰਾਂ ਕਰਨ ਔਜਲਾ ਦੇ ਟੋਪ 2nd ਸੌਂਗ ਦੀ, ਜਿਸ ਨੂੰ ਕਿ ਆਡੀਅੰਸ ਨੇ 59 ਮਿਲੀਅਨ ਵਿਊਜ਼ ਤੋਂ ਵੀ ਜ਼ਿਆਦਾ ਵਿਊਜ਼ ਦੇ ਕੇ ਮਕਬੂਲ ਕੀਤਾ ਹੈ, ਅਤੇ ਉਹਨਾਂ ਦੇ ਸੌਂਗ ਦਾ ਨਾਮ ਸੀ ਡੋਂਟ ਲੁੱਕ। ਅਤੇ ਜੇ ਮੈਂ ਗੱਲ ਕਰਾਂ ਉਹਨਾਂ ਦੇ ਸੌਂਗ ਦੀਆਂ ਡਿਟੇਲਸ ਦੀ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਨਾਂ ਦਾ ਇਹ ਸੌਂਗ ਰਿਹਾਨ ਰੈਕਟ ਦੇ ਲੇਬਲ ਅੰਡਰ ਫਰਵਰੀ 2019 ਦੇ ਵਿੱਚ ਰਿਲੀਜ਼ ਹੋਇਆ ਸੀ, ਅਤੇ ਉਹਨਾਂ ਦੇ ਇਸ ਸੌਂਗ ਨੂੰ ਲਿਖਿਆ ਅਤੇ ਗਾਇਆ ਕਰਨ ਔਜਲਾ ਵੱਲੋਂ ਹੀ ਗਿਆ ਸੀ, ਅਤੇ ਇਸ ਸੌਂਗ ਦਾ ਮਿਊਜ਼ਿਕ ਕੀਤਾ ਸੀ ਜੇ ਤਰਾਕ ਨੇ, ਅਤੇ ਉਹਨਾਂ ਦੇ ਇਸ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਸੀ ਰੂਪਨ ਬੱਲ ਅਤੇ ਰੂਬਲ GTR ਨੇ। ਸੋ ਹੁਣ ਗੱਲ ਕਰਦੇ ਉਹਨਾਂ ਦੇ ਟੋਪ 1 ਸੌਂਗ ਦੇ ਬਾਰੇ, ਅਤੇ ਜੇ ਮੈਂ ਗੱਲ ਕਰਾਂ ਉਹਨਾਂ ਦੇ ਇਸ ਟੋਪ 1 ਸੌਂਗ ਦੀ, ਤਾਂ ਇਸ ਸੌਂਗ ਦੇ ਵਿੱਚੋਂ ਲੋਕਾਂ ਦੇ ਦੁੱਖ ਤੋੜਦੇ ਨਜ਼ਰ ਆਏ ਸੀ। ਸੋ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਉਹਨਾਂ ਦਾ ਕਿਹੜਾ ਸੌਂਗ ਨੰਬਰ 1 ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਡੋਂਟ ਵਰੀ ਦੀ। ਸੋ ਜੇ ਹੁਣ ਗੱਲ ਕਰੀਏ ਉਹਨਾਂ ਦੇ ਇਸ ਡੋਂਟ ਵਰੀ ਸੌਂਗ ਦੀਆਂ ਡਿਟੇਲਸ ਦੀ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਨਾਂ ਦੇ ਇਸ ਸੌਂਗ ਨੂੰ 94 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਦਿੱਤੇ ਨੇ ਆਡੀਅੰਸ ਨੇ, ਅਤੇ ਉਹਨਾਂ ਦਾ ਇਹ ਸੌਂਗ ਰਿਹਾਨ ਰੈਕਟ ਦੇ ਲੇਬਲ ਅੰਡਰ ਅਕਤੂਬਰ 2018 ਨੂੰ ਰਿਲੀਜ਼ ਹੋਇਆ ਸੀ, ਅਤੇ ਉਹਨਾਂ ਦੇ ਇਸ ਸੌਂਗ ਨੂੰ ਗਾਇਆ ਅਤੇ ਲਿਖਿਆ ਕਰਨ ਔਜਲਾ ਅਤੇ ਗੁਰਲੇਜ ਅਖਤਰ ਵੱਲੋਂ ਗਿਆ ਸੀ, ਅਤੇ ਉਹਨਾਂ ਦੇ ਇਸ ਸੌਂਗ ਨੂੰ ਮਿਊਜ਼ਿਕ ਦਿੱਤਾ ਸੀ ਦੀਪ ਜੰਡੂ ਨੇ, ਅਤੇ ਇਸ ਸੌਂਗ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਸੀ ਸੁੱਖ ਸੰਘੇੜਾ ਨੇ। ਸੋ ਇਹ ਤਾਂ ਸੀ ਕਰਨ ਔਜਲਾ ਦੇ ਯੂਟਿਊਬ ਦੇ ਵਿਊਜ਼ ਦੇ ਅਕੋਰਡਿੰਗ ਟੋਪ 5 ਸੌਂਗ। ਬਾਕੀ ਤੁਹਾਨੂੰ ਇਹਨਾਂ ਸਾਰੇ ਸੌਂਗ ਦੇ ਵਿੱਚੋਂ ਕਰਨ ਔਜਲਾ ਦਾ ਕਿਹੜਾ ਸੌਂਗ ਸਭ ਤੋਂ ਵਧੀਆ ਲੱਗਦਾ ਸਾਨੂੰ ਨੀਚੇ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਨਾਲ ਹੀ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਸੀਂ ਅਗਲੀ ਵਾਰ ਕਿਹੜੇ ਸਿੰਗਰ ਦੇ ਟੋਪ 5 ਸੌਂਗਸ ਦੇ ਬਾਰੇ ਜਾਣਨਾ ਚਾਹੁੰਦੇ ਹੋ। ਅਤੇ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਅਤੇ ਨੀਚੇ ਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਪ੍ਰੈਸ ਕਰਨਾ ਨਾ ਭੁੱਲਣਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।